ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ న్యూਸ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨੇਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਡੀਜ਼ਲ ਗੱਡੀਆਂ ਨੂੰ ਅਲਵਿਦਾ ਕਹੋ ਨਹੀਂ ਤਾਂ ਟੈਕਸ ਵਧਾ ਦੇਵਾਂਗਾ ਗੜਕਰੀ ਪਾਸ਼ਨ ਦੇ ਵਿੱਚ ਡੀਜ਼ਲ ਗੱਡੀਆਂ ਤੇ ਜੀਐਸਟੀ 10% ਦੀ ਵਧਾਉਣ ਦੀ ਵਕਾਲਤ ਤੋਂ ਬਾਅਦ ਮੁਕਰੇ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਨ ਗੜਕਰੀ ਨੇ ਮੰਗਲਵਾਰ ਨੂੰ ਪ੍ਰਦੂਸ਼ਣ ਚ ਘਟौती ਦੀ ਮਦਦ ਲਈ ਡੀਜ਼ਲ ਗੱਡੀਆਂ ਤੇ 10% ਦੀ ਵਾਧੂ ਟੈਕਸ ਲਾਉਣ ਦੀ ਜ਼ਰੂਰਤ ਦੀ ਗੱਲ ਕਹੀ ਸੀ ਪਰ ਬਾਅਦ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਕੋਈ ਮਤਾ ਸਰਕਾਰ ਸਾਹਮਣੇ ਵਿਚਾਰ ਅਧੀਨ ਹੈ ਗੱਡੀ ਨਿਰਮਤਾਵਾਂ ਦੇ ਸੰਗਠਨ ਸੁਸਾਇਟੀ ਆਫ ਇੰਡੀਆ ਆਟੋਮੋਬਾਈਲ ਮੈਨੂਫੈਕਚਰ ਦੇ 63ਵੇਂ ਸਾਲਾਨਾ ਸਮਾमेलन ਦੇ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨੇ ਕਿਹਾ ਹੈ ਕਿ ਵਾਧਦਾ ਪ੍ਰਦੂਸ਼ਣ ਪੱਧਰ ਲੋਕਾਂ ਦੀ ਸਿਹਤ ਲਈ ਖਤਰਾ ਹੈ ਗੜਕਰੀ ਨੇ ਸੰਕੇਤ ਦਿੱਤਾ ਸੀ ਕਿ ਇਸ ਮੁੱਦੇ ਉੱਤੇ ਉਹਨਾਂ ਨੇ ਇੱਕ ਚਿੱਠੀ ਤਿਆਰ ਕੀਤੀ ਹੈ ਜਿਸ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਦੇ ਵਿੱਚ ਉਹਨਾਂ ਨੂੰ ਸੌਂਪਿਆ ਜਾਵੇਗਾ ਗੱਟਕਰੀ ਨੇ ਕਿਹਾ ਕਿ ਅੱਜ ਸ਼ਾਮ ਨੂੰ ਵਿੱਤ ਮੰਤਰੀ ਨੂੰ ਇੱਕ ਚਿੱਠੀ ਸੌਂਪਣ ਜਾ ਰਿਹਾ ਜਿਸ ਵਿੱਚ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਤੇ 10% ਦੀ ਵਾਧੂ GST ਦੀ ਗੱਲ ਕਹੀ ਗਈ ਹੈ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ న్యూਸ ਆ ਸਰਕਾਰ ਦੇ ਜੜੀ ਬੈਠੇਗੀ ਮੁਲਾਜ਼ਮਾਂ ਦੀ ਹੜਤਾਲ ਹੁਣ ਆ ਮੈਕਮਣ ਨੇ ਦਿੱਤਾ ਅਲਟੀਮੇਟ ਮੰ ਪੰਜਾਬ ਦੇ ਵਿੱਚ ਮੁਲਾਜ਼ਮਤ ਤੇ ਸਰਕਾਰ ਆਹਮੋ ਸਾਹਮਣੇ ਹਨ ਪਹਿਲਾ ਪੰਜਾਬ ਦੇ ਵਿੱਚ ਪਟਵਾਰੀ ਕਾਨੂੰਗੋ ਯੂਨੀਅਨ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਫਿਰ ਡੀਸੀ ਦਫਤਰ ਮਨਸਪੀਰੀਅਲ ਸਟਾਫ ਯੂਨੀਅਨ ਨੇ ਕੱਲ ਮਿਸ਼ੋਰ ਹੜਤਾਲ ਦਾ ਐਲਾਨ ਕਰ ਦਿੱਤਾ ਜਿਸ ਨੂੰ ਸਰਕਾਰ ਨੇ ਬੈਕਫੁੱਟ ਤੇ ਆਉਂਦਿਆਂ ਹੀ ਮੌਕੇ ਤੇ ਮੰਗਾ ਮੰਨ ਕੇ ਮੁਲਤਵੀ ਕਰ ਦਿੱਤਾ ਹੁਣ ਪੰਜਾਬ ਰੋਡਵੇਜ ਪਨ ਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਹੈ ਯੂਨੀਅਨ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਵਾਰ 14 ਸਤੰਬਰ ਦੀ ਮੀਟਿੰਗ ਤੋਂ ਪੱਜਦੇ ਹਨ ਤਾਂ ਪੂਰੇ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਕਰ ਦੇਣਗੇ ਅੱਜ ਪੰਜਾਬ ਭਰ ਦੇ ਬੱਸ ਡੀਪੂਆਂ ਤੇ ਰੈਲੀਆਂ ਕੀਤੀਆਂ ਗਈਆਂ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਟਰਾਂਸਪੋਰਟ ਮਾਫੀਆ ਵੱਲੋਂ ਟਰਾਂਸਪੋਰਟ ਤੇ ਵੀ ਕਬਜ਼ਾ ਕੀਤਾ ਜਾ ਰਿਹਾ ਯੂਨੀਅਨ ਦਾ ਕਹਿਣਾ ਕਿ ਸਵਾਰ ਉਹਨਾਂ ਨੂੰ ਚੇਤਾਵਨੀ ਦੇਣੀ ਪਈ ਕਿਉਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ 5-7 ਮੀਟਿੰਗਾਂ ਦਾ ਤਰੀਕ ਦੇ ਕੇ ਭੱਜ ਗਏ ਹਨ ਬਾਰ-ਬਾਰ ਧੋਖਾ ਖਾਣ ਦੇ ਮੂਡ ਵਿੱਚ ਨਹੀਂ ਹਨ ਪੰਜਾਬ ਦੇ ਵਿੱਚ ਇੱਕ ਹੋਰ ਵੀਜ਼ਾ ਕੋਟਾ ਲਾਇਆ ਸਾਹਮਣੇ ਬਿਨਾਂ ਵਿਦਿਆਰਥੀਆਂ ਤੋਂ ਹੀ ਖਾਂਦੇ ਰਹੇ ਪੈਸੇ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਘੁਟਾਲਾ ਸਾਹਮਣੇ ਆਇਆ ਜਿੱਥੇ ਕਪਲਾ ਸੂਬੇ ਦੇ ਨਰਸਿੰਗ ਕਾਲਜਾਂ ਚੋਂ ਦਾਖਲੇ ਨੂੰ ਲੈ ਕੇ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਹੋਏ ਨਰਸਿੰਗ ਕਾਲਜਾਂ ਦੇ ਦਾਖਲੇ ਦੀ ਜਾਂਚ ਕਰਦੇ ਇਸ ਦੌਰਾਨ ਪਾਇਆ ਗਿਆ ਕਿ ਕਾਲਜਾਂ ਚੋਂ ਵੱਡੀ ਗਿਣਤੀ ਵਿੱਚ ਫ਼ਰਜ਼ੀ ਦਾਖਲੇ ਕਰਵਾਏ ਗਏ ਫ਼ਰਜ਼ੀ ਬੱਚਿਆਂ ਦੇ ਖਾਤੇ ਖੁਲਵਾਏ ਗਏ ਇਸ ਘਟਾਲੇ ਨੂੰ ਅੰਜਾਮ 7-8 ਦਲਾਲਾਂ ਵੱਲੋਂ ਦਿੱਤਾ ਗਿਆ ਸੂਬੇ ਦੇ ਨਰਸਿੰਗ ਕਾਲਜਾਂ ਦੇ ਵਿੱਚ ਦਾਖਲਾ ਕਰਵਾਉਣ ਲਈ ਜਾਲੀ ਦਸਤਾਵੇਜ਼ਾਂ ਵਿੱਚ ਤਿਆਰ ਕੀਤੇ ਗਏ ਫਰਜ਼ੀ ਵਿਦਿਆਰਥੀਆਂ ਦੇ ਨਾਮਾਂ ਤੇ ਫਰਜ਼ੀ ਬੈਂਕ ਖਾਤੇ ਖੋਲੇ ਗਏ। ਸਾਲ 2014-15, 15-16 ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਚੋਂ ਕਈ ਕੋਰਸਾਂ ਚੋਂ ਫਰਜ਼ੀ ਦਾਖਲੇ ਦਿਖਾ ਦਿੱਤੇ ਗਏ। 2000 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਖਾਤੇ ਖੋਲ ਕੇ ਗੜਬੜੀ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਕੁਟਾਲੇ ਦੇ ਵਿੱਚ ਮੁਲਾਜ਼ਮਾਂ ਤੇ ਸਿਕੰਜਾ ਕੱਸੇਗਾ ਕੁਟਾਲੇ ਦੀ ਰਾਸ਼ੀ ਹੋਰ ਵਧ ਸਕਦੀ ਹੈ ਐਨਮ ਅਤੇ ਜੀਐਨਐਮ ਦੇ ਕੋਰਸਾਂ 'ਚ ਫਰਜ਼ੀ ਦਾਖਲਾ ਕਰਵਾਇਆ ਗਿਆ ਹੈ ਕੋਰਸਾਂ ਦੇ ਕਾਲਜਾਂ ਦੀ ਗਿਣਤੀ ਜ਼ਿਲ੍ਹੇ 'ਚ ਘੱਟ ਹੈ ਇਸ ਲਈ ਦੂਜੇ ਸੂਬੇ ਦੇ ਕਾਲਜਾਂ ਦੇ ਨਾਂ ਸ਼ਾਮਲ ਕਰਕੇ ਜ਼ਿਲ੍ਹਾ ਵਿਭਾਗ ਤੋਂ ਵਜੀਫਾ ਲਿਆ ਗਿਆ ਹੈ ਡੈਸਮਿਸ ਐਸਐਚਓ ਦੀ ਪਤਨੀ ਮਜੀਠੀਆ ਤੇ ਭੜਕੀ ਕਿਹਾ ਹੁਣ ਇਹਨਾਂ ਗੱਲਾਂ ਇਹ ਗੱਲਾਂ ਕਰਦੇ ਆ ਜੇ ਮੇਰਾ ਪਤੀ ਨਸ਼ਾ ਤਸਕਰ ਹੁੰਦਾ ਤਾਂ ਇਹਨਾਂ ਨੇ ਆਪ ਹੀ ਬਚਾ ਲੈਣਾ ਸੀ ਸਕੇਪਰਾਵਾ ਦੇ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਜਾਨ ਦੇਣ ਦੇ ਇਲਜ਼ਾਮਾਂ ਤਹਿਤ ਮਹਿਕਮੇ ਤੋਂ ਡੈਸਮਿਸ ਕੀਤੇ ਐਸਐਚਓ ਨਵਦੀਪ ਸਿੰਘ ਦੀ ਘਰ ਵਾਲੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਉੱਤੇ ਪੜਕ ਗਈ ਉਹਨਾਂ ਨੇ ਕਿਹਾ ਜੇਕਰ ਮੇਰਾ ਪਤੀ ਕੋਈ ਨਸ਼ਾ ਤਸਕਰ ਹੁੰਦਾ ਤਾਂ ਉਹਨਾਂ ਨੂੰ ਮਜੀਠੀਆ ਸਾਹਿਬ ਨੇ ਬਚਾ ਲੈਣਾ ਸੀ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਨਵਦੀਪ ਨੇ ਮਜੀਠੀਆ ਦੇ ਹਿਸਾਬ ਨਾਲ ਕੰਮ ਨਹੀਂ ਕੀਤਾ ਹੋਣਾ ਤਾਂ ਹੀ ਅੱਜ ਉਹਨਾਂ ਦੀ ਇਹੀ ਹਾਲਤ ਹੈ ਜ਼ਿਕਰ ਜੋਗ ਹੈ ਕਿ ਮਜੀਠੀਆ ਨੇ ਸਭ ਤੋਂ ਪਹਿਲਾਂ ਨਵਦੀਪ ਨੂੰ ਡਿਸਮਿਸ ਕਰਨ ਦੀ ਅਪੀਲ ਸਰਕਾਰ ਨੂੰ ਕੀਤੀ ਸੀ ਹੁਣ ਪ੍ਰੈਸ ਕਾਨਫਰੰਸ ਕਰਕੇ ਉਹ ਸਾਡੇ ਘਰ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹਨ ਪੰਜਾਬ ਵਿੱਚ ਵਿਦਿਆਰਥੀ ਬਿਨਾਂ ਫੀਸ ਦਾਖਲਾ ਲੈ ਸਕਣਗੇ ਫ੍ਰੀਸ਼ਿਪ ਅਤੇ ਸਕਾਲਰਸ਼ਿਪ ਲਈ ਅਰਜ਼ੀਆਂ ਸ਼ੁਰੂ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਵੱਲ ਵਿਸ਼ੇਸ਼ ਧਿਆਨ ਦੇਣ ਦੇ ਰਹੀ ਹੈ ਸੋ ਇਸ ਬਾਰੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਐ ਸਕੀਮ ਦੀਆਂ ਹਦਾਇਤਾਂ ਦਾ ਜ਼ਿਕਰ ਜੀਓਆਈ ਦਿਸ਼ਾ ਨਿਰਦੇਸ਼ ਮਾਰਚ 2021 ਦੇ ਵਿੱਚ ਸਕੀਮਾਂ ਦੇ ਵੇਰਵੇ ਚੁਕੀਤਾ ਗਿਆ ਹੈ ਸਕਾਲਰਸ਼ਿਪ ਨਾਲ ਸੰਬੰਧਤ ਤਕਨੀਕੀ ਮੁੱਦਿਆਂ ਲਈ ਈਮੇਲ ਆਈਡੀ ਤੇ ਈਮੇਲ ਭੇਜੀ ਜਾ ਸਕਦੀ ਹੈ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਫ੍ਰੀਸ਼ਿਪ ਕਾਰਡ ਕੇਵਲ ਨਵੇਂ ਕੋਰਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਣਾ ਹੈ तहसीलदारਾ ਵੱਲੋਂ ਆਮਦਨ ਸਰਟੀਫਿਕੇਟ ਲਿਆ ਹੋਇਆ ਵੈਧ ਹੋਵੇਗਾ ਦਾਖਲਾ ਵਧਾਉਣ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਪਰਮੇਂਦਰ ਸਿੰਘ ਝੋਟੇ ਨੇ ਕਿਸ ਨੂੰ ਪਾਇਆ ਲਾਂਤ ਮੁਕਤ ਸਰ ਜੇਲ ਤੋਂ ਰਿਹਾ ਹੋਣ ਮਗਰੋਂ ਬੋਲਿਆ ਪੁਲ ਸतीश ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਵਾਪਸ ਲੈਣ ਮਗਰੋਂ ਕੱਲ੍ਹ ਸ਼ਾਮ ਨਸ਼ਾ ਵਿਰੋਧੀ ਕਾਰਕੁਨ ਪਰਮੇਂਦਰ ਸਿੰਘ ਝੋਟੇ ਨੂੰ ਅਦਾਲਤ ਨੇ ਮੁਕਤਸਰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਨਸ਼ਾ ਵਿਰੋਧੀ ਟਾਸਕ ਫੋਰਸ ਦੇ ਕਾਰਕੁਨ ਦੀ ਰਿਹਾਈ ਨੂੰ ਉਹਨਾਂ ਦੇ ਸੰਘਰਸ਼ ਦੀ ਜਿੱਤ ਘਰਾਰ ਦਿੱਤਾ ਗਿਆ ਹੈ। ਭਾਰੀ ਦਬਾਅ ਦੇ ਹੇਠ ਸਰਕਾਰੀ ਹੁਕਮਾਂ ਤੋਂ ਬਾਅਦ ਝੋਟੇ ਦੀ ਰਿਹਾਈ ਤੋਂ ਬਾਅਦ ਪਰਮੇਂਦਰ ਸਿੰਘ ਨੇ ਮਾਨਸਾ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਖੂਬ ਖਰੀਆਂ ਸੁਣਾਈਆਂ ਤੇ ਲਾਂਤਾਂ ਵੀ ਪਾਈਆਂ। ਰਿਹਾਈ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕਿਰੇਕਾਰਕੂਨਾ ਤੇ ਨਿੱਗੇ ਸਵਾਗਤ ਮਗਰੋਂ ਮੀਡੀਆ ਨੂੰ ਦੱਸਿਆ ਕਿਵੇਂ ਮਾਨਸਾ ਜੇਲ੍ਹ ਚੋਂ ਭ੍ਰਸ਼ਟਾਚਾਰ ਤੇ ਨਸ਼ੇ ਦਾ ਵਪਾਰ ਅੰਦਰ ਤੱਕ ਵੜਿਆ ਹੋਇਆ ਹੈ ਉਥੋਂ ਦੇ ਉੱਚ ਅਧਿਕਾਰੀ ਕੈਦੀਆਂ ਨਾਲ ਵਦੀਕੀਆਂ ਕਰਦੇ ਹਨ ਝੋਟੇ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਗੈਰ ਸਰਕਾਰੀ ਸੰਗਠਨਾ ਅਤੇ ਨਸ਼ਾ ਵਿਰੋਧੀ ਕਮੇਟੀਆਂ ਨੇ ਉਸ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਮਾਨਸਾ ਪੁਲਿਸ ਦੇ ਸਾਰੀਆਂ ਕਾਨੂੰਨੀ ਰੁਕਾਵਟਾਂ ਦੂਰ ਕਰਨ ਮਗਰੋਂ ਬੂਰਪਿਆ ਤੇ ਅੰਤ ਝੋਟੇ ਨੂੰ ਰਿਹਾਅ ਕਰ ਦਿੱਤਾ ਮੋਹਾਲੀ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸਮੇ ਹੋਏ 2500 ਕਰੋੜ ਰੁਪਏ ਦੇ ਅਹਿਮ ਵਿਕਾਸ ਕਾਰਜ ਮਜੀਠੀਆ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਸ਼ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਦਫ਼ਤਰ ਪੁੱਜੇ ਇਸ ਮੌਕੇ ਅਲਕਾ ਡੇਰਾਬਸੀ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਤੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਸੁਹਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਸਾਫ ਕਾ ਕੈਬਨਿਟ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਮੁਹਾਲੀ ਸ਼ਹਿਰ ਦੇ ਵਿਕਾਸ ਲਈ 2500 ਕਰੋੜ ਤੋਂ ਵੱਧ ਖਰਚ ਕੀਤੇ ਗਏ ਹਨ ਮੁਹਾਲੀ ਦੇ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 에ਰਪੋਰਟ ਬੱਸ ਸਟੈਂਡ ਸਮੇਤ ਕਈ ਪ੍ਰਮੁੱਖ ਅਦਾਰੇ ਅਕਾਲੀ ਦਲ ਦੇ ਸ਼ਾਸਨ ਦੌਰਾਨ ਬਣਾਏ ਗਏ ਹਨ ਬੇਕਰਮ ਮਜੀਠੀਆ ਨੇ ਕਿਹਾ ਕਿ ਸਾਲ 2011 ਦੇ ਵਿੱਚ ਐਨ ਕੇ ਸ਼ਰਮਾ ਨੂੰ ਅਕਾਲੀ ਦਲ ਨੇ ਮੋਹਾਲੀ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਉਸ ਦੌਰਾਨ ਉੱਥੇ ਮੋਹਾਲੀ ਦੀ ਪ੍ਰਮੁੱਖ ਸ਼ਾਪਿੰਗ ਸਟਰੀਟ ਨੂੰ ਡਬਲ ਕੀਤਾ ਗਿਆ ਉਸ ਸਮੇਂ ਅਗਰੋ ਮੋਹਾਲੀ ਦੇ ਵਿੱਚ ਸੱਤ ਖੇੜੀਆਂ ਖੇਡ ਸਟੇਡੀਅਮ ਬਣਾਏ ਗਏ ਜਿਨ੍ਹਾਂ ਚੋਂ ਅੰਤਰਰਾਸ਼ਟਰੀ ਪੱਦਰਦੀ ਸਹੂਜਤਾ ਖਿਡਾਰੀਆਂ ਨੂੰ ਦਿੱਤੀ ਗਈ ਹੈ आयुष्मान भव तहत हर एक व्यक्ति ਦਾ ਹੋਵੇਗਾ ਇਲਾਜ ਪੀਐਮ ਮੋਦੀ ਦੇ ਜਨਮ ਦਿਨ ਤੇ ਸ਼ੁਰੂ ਹੋਵੇਗੀ ਮੁਹਿੰਮ ਟੋਲ ਖਰੀਦ ਨੰਬਰ ਜਾਰੀ ਕੇਂਦਰੀ ਸਿਹਤ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਮ ਤਰੀਕ ਨੂੰ ਦੇਸ਼ ਦੇ ਵਿੱਚ ਆਯੂਸ਼ਮਾਨ ਭਵ ਮੁਹਿੰਮ ਚਲਾਉਣ ਵਾਲਾ ਹੈ ਮੋਦੀ ਦੀ ਜਨਮ ਤਰੀਕ 17 ਸਤੰਬਰ ਤੋਂ ਪਹਿਲਾਂ 13 ਸਤੰਬਰ ਨੂੰ ਇਸ ਮੁਹਿੰਮ ਤੋਂ ਸ਼ੁਰੂ ਹੋਣੀ ਹੈ ਸੇਵਾ ਪੰਦਰਵਾੜੇ ਵਿੱਚ ਚੱਲਣ ਵਾਲੀ ਇਸ ਮੁਹਿੰਮ ਤਹਿਤ ਸਾਰੇ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਹਸਪਤਾਲਾਂ ਵਿੱਚ ਮੁਫਤ ਸਿਹਤ ਚੈੱਕਅਪ ਹੋਵੇਗਾ ਇਸ ਦੇ ਨਾਲ ਹੀ ਪਿੰਡਾਂ ਦੇ ਵਿੱਚ ਸਿਹਤ ਮੇਲੇ ਕਰਵਾਏ ਜਾਣਗੇ ਇਸ ਮੌਕੇ 60000 ਗਰੀਬ ਬੱਚਿਆਂ ਨੂੰ 5 ਲੱਖ ਰੁਪਏ ਸਾਲਾਨਾ ਮੁਫਤ ਇਲਾਜ ਦੀ ਸਹੂਲਤ ਵਾਲਾ ਆਯੂਸ਼ਮਾਨ ਕਾਰਡ ਤਕਸੀਮ ਕੀਤੇ ਜਾਣਗੇ ਸਿਹਤ ਮੰਤਰੀ ਮਨੁਸ਼ੂਕ ਮੰਡਵਿਆ ਨੇ ਕਿਹਾ ਇਹ ਪ੍ਰਧਾਨ ਮੰਤਰੀ ਮੋਦੀ ਦੇ ਆਤੋਦਿਆ ਮਿਸ਼ਨ ਤਹਿਤ ਸਾਰੇ ਲੋਕਾਂ ਨੂੰ ਸਿਹਤ ਸਹੂਲਤਾਂ ਪਹੁੰਚਾਉਣਾ ਅਹਿਮ ਕਾਰਜ ਹੈ। ਮਾਂਡਵਿਆਲ ਤੋਂ ਅਨੁਸਾਰ ਆਯੂਸ਼ਮਾਨ ਭਾਰਤ ਮਹਿੰਮ 13 ਸਤੰਬਰ ਤੋਂ ਰਵ ਹੋ ਕੇ 2 ਅਕਤੂਬਰ ਤੱਕ ਚੱਲੇਗੀ ਇਸ ਦੇ ਤਹਿਤ 1,17,000 ਹੈਲਥ ਐਂਡ ਵੈਲਨੈਸ ਸੈਂਟਰਸ ਅਤੇ ਹੋਰ ਇਲਾਜ ਕੇਂਦਰਾਂ 'ਚੋਂ ਮੁਫਤ ਜਾਂਚ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਮੁਅਤਲ ਕੀਤੇ ਅਧਿਕਾਰੀਆਂ ਨੂੰ ਕੀਤਾ ਬਹਾਲ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਮਾਮਲੇ 'ਚ ਮੁਅਤਲ ਕੀਤੇ ਪੰਜ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਹਾਲ ਕਰ ਦਿੱਤਾ ਹੈ ਇਸ ਸਬੰਧੀ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ ਉਹਨਾਂ ਪੰਜ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਹਾਲ ਕਰ ਦਿੱਤਾ ਜਿਨ੍ਹਾਂ ਨੂੰ ਵਿਜੀਲੈਂਸ ਦੇ ਕੇਸ ਵਿੱਚ ਫਸਾਉਣ ਤੋਂ ਬਾਅਦ 2022 'ਚ ਮੁਅਤਲ ਕੀਤਾ ਗਿਆ ਸੀ ਇਹ ਸਾਰੇ ਅਧਿਕਾਰੀ ਅਤੇ ਕਰਮਚਾਰੀ ਲੁਧਿਆਣਾ ਇੰਪਰੂਵਮੈਂਟ ਟਰਸਟ ਵਿੱਚ ਤਨਾਇਤ ਸਨ ਇਹਨਾਂ ਵਿੱਚ ਕੁਲਜੀਤ ਕੌਰ ਕਾਰਜ ਸாதਕ ਅਫਸਰ ਜਗਦੇਵ ਸਿੰਘ ਟਰਸਟ ਇੰਜੀਨੀਅਰ ਤੇ ਇੰਦਰਜੀਤ ਸਿੰਘ ਯੂਨੀਅਨ ਇੰਜੀਨੀਅਰ ਪ੍ਰਵੀਨ ਕੁਮਾਰ ਕਲਰਕ ਅਤੇ ਸੰਦੀਪਕ ਸ਼ਰਮਾ ਕੰਪਿਊਟਰ ਆਪਰੇਟਰ ਸ਼ਾਮਲ ਸਨ ਨਾਇਬ ਤਹਿਸੀਲਦਾਰਾਂ ਤੇ ਫਸ ਗਿਆ ਪੇਚਾ ਕੈਪਟਨ ਨੇ ਭਰਤੀ ਕੀਤੀ ਫਸ ਗਈ ਮਾਨ ਸਰਕਾਰ ਸੁਪ ਪੰਜਾਬ ਚ ਹੋਈ ਨਾਇਬ ਤਹਿਸੀਲਦਾਰਾਂ ਦੀ ਭਰਤੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਸਾਲ 2020 ਦੇ ਵਿੱਚ ਕੈਪਟਨ ਸਿੰਘ ਦੀ ਸਰਕਾਰ ਨੇ ਸਮੇਂ ਚ ਸੂਬੇ ਚ ਨਾਇਬ ਤਹਿਸੀਲਦਾਰਾਂ ਦੇ ਅਹੁਦੇ ਲਈ 78 ਅਸਾਮੀਆਂ ਦੀ ਭਰਤੀ ਕੀਤੀ ਸੀ ਦਾਵਾ ਇਹ ਹੈ ਕਿ ਇਸ ਪ੍ਰੀਖਿਆ ਲਈ 9 ਸਵਾਲਾਂ ਦੇ ਗਲਤ ਜਵਾਬ ਪੀ ਪੀ ਐਸ ਸੀ ਨੇ ਅਪਲੋਡ ਕੀਤੇ ਸਨ ਜਿਸ ਦੇ ਖਿਲਾਫ ਇਹ ਪਟੀਸ਼ਨ ਕੀਤੀ ਗਈ ਹੈ 9 ਸਵਾਲਾਂ ਦੇ ਜਵਾਬਾਂ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਸਮੇਤ ਪੀ ਪੀ ਐਸ ਨੂੰ 15 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਹਾਈ ਕੋਰਟ ਦੇ ਨੇ ਨਾਲ ਇਹ ਵੀ ਕਿਹਾ ਕਿ ਇਹ ਭਰਤੀ ਇਸ ਪਟੀਸ਼ਨ ਵਿੱਚ ਅਦਾਲਤ ਦੁਆਰਾ ਦਿੱਤੇ ਗਏ ਅੰਤਮ ਫੈਸਲੇ ਉੱਤੇ ਕਾਇਮ ਰਹੇਗੀ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ 2 ਦਿਨ ਪਹਿਲਾਂ ਹੋਇਆ ਸੀ ਵਿਹਾਨ ਜ਼ਿਲ੍ਹੇ ਦੇ ਕੋਟਕਪੂਰਾ ਬਾਈਪਾਸ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲਿਆ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪਾਸਰੀ ਪਿੰਡ ਬੁਗੀਪੁਰਾ ਹੋਈ ਅਤੇ 2 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਉਸ ਨੇ ਦੱਸਿਆ ਕਿ ਸੋਮਵਾਰ ਰਾਤ ਦੋਵੇਂ ਇਕੱਠੇ ਸੀ ਗਾਂਧੀ ਰੋਡ ਤੋਂ ਨਸ਼ਾ ਲੈ ਕੇ ਆਇਆ ਤੇ ਇਸ ਦਾ ਸੇਵਨ ਕਰਨ ਤੋਂ ਬਾਅਦ ਬਾਈਪਾਸ ਉੱਤੇ ਪੈ ਗਿਆ ਜਦੋਂ ਉਸ ਦੀ ਅੱਖ ਖੁੱਲੀ ਤਾਂ ਦੇਖਿਆ ਅਮਨਦੀਪ ਬੇਹੋਸ਼ ਹੈ ਉਸ ਨੂੰ ਉਠਾਉਣ ਦੀ ਕੋਸ਼ਿਸ਼ ਲੱਗੀ ਪਤਾ ਲੱਗਿਆ ਕਿ ਉਹ ਮਰ ਚੁੱਕਾ ਉਸ ਤੋਂ ਬਾਅਦ ਇਸ ਦੀ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਤੇ Laash ਸੜਕ ਤੇ ਰੱਖ ਕੇ ਤਰਨਾ ਲਾ ਦਿੱਤਾ ਉਡਾਨ ਦੌਰਾਨ ਜਹਾਜ਼ ਦਾ ਤੇਲ ਖਤਮ ਹੋਣ ਲੱਗਾ ਖੇਤ ਚੂ ਕਰਨੀ ਪਈ ਐਮਰਜੈਂਸੀ ਲੈਂਡਿੰਗ 167 ਯਾਤਰੀ ਸਵਾਰ 101 ਜਹਾਜ਼ ਨੂੰ ਉਡਾਣ ਦੌਰਾਨ ਤਕਨੀਕੀ ਖਰਾਬੀ ਆਉਣ ਦੇ ਕਾਰਨ ਮੰਗਲਵਾਰ ਨੂੰ ਇੱਕ ਖੇਤ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਵੀ ਖਾਸ ਗੱਲ ਇਹ ਹੈ ਕਿ ਇਸ ਘਟਨਾ ਦੌਰਾਨ ਜਹਾਜ਼ ਚੋਲ 167 ਲੋਕ ਸਵਾਰ ਸਨ ਹਾਲਾਂਕਿ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਐਮਰਜੈਂਸੀ ਲੈਂਡਿੰਗ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਸਕੋ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਰੂਸੀ 에ਅਰ ਕੈਰੀਅਰ ਯੂਰਲ 에ਅਰਲਾਈਨਸ ਦੁਆਰਾ ਸੰਚਾਲਿਤ 에ਰਬਸ A320 ਨੇ ਕਾਲੇ ਸਾਗਰ ਰਿਜ਼ੋਰਟ ਸੋਚੀ ਤੋ ਸਾਈਬੀਰੀਅਨ ਸ਼ਹਿਰ ਓਮਸਕ ਲਈ ਉਡਾਨ ਭਰੀ ਸੀ ਜਹਾਜ਼ ਨੂੰ ਤਕਨੀਕੀ ਖਰਾਬੀ ਦੇ ਕਾਰਨ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਣੀ ਪਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀ ਮਾਲ ਪਟਵਾਰ ਕਾਨੂਗੋ ਯੂਨੀਅਨ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਕਰ ਰਹੀ ਮਾਲ ਪਟਵਾਰ ਕਾਨੂਗੋ ਯੂਨੀਅਨ ਦੋ ਹਿੱਸਿਆਂ 'ਚ ਵੰਡੀ ਗਈ ਹੈ ਦਰ ਅਸਲ ਪਟਵਾਰ ਯੂਨੀਅਨ ਦੇ ਕੁਝ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿੱਚ ਅੱਗੇ ਆ ਕੇ ਨਿਊ ਰੈਵੈਨਿਊ ਪਟਵਾਰ ਕਾਨੂੰਗੋ ਯੂਨੀਅਨ ਦਾ ਗਠਨ ਕੀਤਾ ਸੀ ਪਰ ਇਸ ਦੇ ਐਲਾਨ ਸਮੇਂ ਪੁਰਾਣੇ ਗਰੁੱਪ ਦੇ ਮੈਂਬਰ ਵੀ ਪਹੁੰਚ ਗਏ ਨਵੀਂ ਯੂਨੀਅਨ ਨਾਲ ਜੁੜੇ ਲੋਕਾਂ ਨੂੰ ਕਾਲੀਆਂ ਭੇਡਾਂ ਕਹਿ ਕੇ ਨਾਰਾਬਾਜ਼ੀ ਕੀਤੀ ਗਈ ਪੰਜਾਬ ਦੇ ਵਿੱਚ ਬੱਚੇ ਕਰਨਗੇ AI ਦੀ ਪੜ੍ਹਾਈ ਸਿੱਖਣਗੇ ਰੋਬੋਟ ਬਣਾਉਣਾ ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲ ਤੋਂ ਸ਼ੁਰੂਆਤ ਪੰਜਾਬ ਦੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਇੱਕ ਨਵਾਂ ਯੋਗ ਸ਼ੁਰੂ ਹੋ ਗਿਆ ਇਸ ਦੇ ਵਿੱਚ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ ਇਸ ਦੀ ਸ਼ੁਰੂਆਤ ਮੋਹਾਲੀ ਦੇ ਫੇਜ਼ 3 B ਇੱਕ ਸਥਿਤ ਸੀਨੀਅਰ ਸੈਕੰਡਰੀ ਸਕੂਲ ਤੋਂ ਹੋਈ ਹੈ ਬੱਚਿਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਪੜਾਇਆ ਜਾ ਰਿਹਾ ਹੈ ਇਸ ਵਿੱਚ ਬੱਚੇ ਰੋਬੋਟ ਬਣਾਉਣਾ ਸਿੱਖਣਗੇ ਫਿਲਹਾਲ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਇੱਕ ਸਕੂਲ ਦੇ ਵਿੱਚ ਸ਼ੁਰੂ ਹੋਇਆ ਹੈ ਇਸ ਨੂੰ ਹਰ ਜ਼ਿਲ੍ਹੇ ਸਕੂਲ ਦੇ ਵਿੱਚ ਲੁਜਾਨ ਦਾ ਦੇਸ਼ ਹੈ 6ਵੀਂ ਤੋਂ 8ਵੀਂ ਜਮਾਤ ਦੇ 400 80 ਬੱਚਿਆਂ ਨੂੰ ਇਸ ਦੇ ਵਿੱਚ ਪੜਾਇਆ ਜਾ ਰਿਹਾ ਹੈ ਰਿਲੀਜ਼ ਹੋਇਆ ਦਾ ਵਿਕਰਨਕਾਰ ਵਾਰ ਦਾ ਟ੍ਰੇਲਰ ਇਸ ਦੇ ਪਿੱਛੇ ਸ਼ਾਪ ਸ਼ਟ ਕੇ ਸਕਣਗੇ ਵਿਵੇਕ ਅਗਨੀ ਹੋਤਰੀ ਫਿਲਮ ਨਿਰਮਾਤਾ ਵਿਵੇਕ ਰੰਜਨ ਅਗਨੀ ਹੋਤਰੀ ਜਦੋਂ ਵੀ ਗੰਭੀਰ ਮੁੱਦਿਆਂ ਤੇ ਫਿਲਮਾਂ ਬਣਾਉਂਦੇ ਹਨ ਤਾਂ ਹਰ ਵਾਰ ਚਰਚਾ ਨੂੰ ਇਕੱਠਾ ਕਰਦੇ ਹਨ ਪਿਛਲੀ ਵਾਰ ਉਹਨਾਂ ਦੀ ਦਾ ਕਸ਼ਮੀਰ ਫਾਈਲਸ ਰਾਹੀਂ ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਦੇ ਨਾਲ ਹੀ ਉਹ ਭਾਰਤ ਦੀ ਪਹਿਲੀ ਬਾਇਓ ਸਾਇੰਸ ਫਿਲਮ ਦਾ ਵੈਕਸੀਨ ਵਾਰ ਲੈ ਕੇ ਆਏ ਹਨ ਮਹਾਮਾਰੀ ਅਤੇ ਵੈਕਸੀਨ ਬਣਾਉਣ ਦੀ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਕਾਫੀ ਸਮੇਂ ਤੋਂ ਸੁਰਖੀਆਂ ਦੇ ਵਿੱਚ ਹੈ ਟੀਜ਼ਰ ਆਜ਼ਾਦੀ ਦੇ ਸਮੇਂ ਰਿਲੀਜ਼ ਕੀਤਾ ਗਿਆ ਸੀ 12 ਸਤੰਬਰ ਨੂੰ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਏ ਕੋਵਿਡ-19 ਦੇ ਵਿੱਚ ਆਈਆਂ ਮੁਸ਼ਕਲਾਂ ਨੂੰ ਦਰਸਾਉਂਦੀ ਹੈ ਤੇ ਇਸ ਦੇ ਨਾਲ ਹੀ ਵੈਕਸੀਨ ਬਣਾਉਣ ਦੀ ਲੜਾਈ ਵਿੱਚ ਡਾਕਟਰਾਂ ਤੇ ਵਿਗਿਆਨੀਆਂ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਬਨਣਗੀਆਂ ਵੱਡੀਆਂ ਨਾਵੀ ਫਿਲਮਾਂ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਲਮ ਸਿਟੀ ਬਣਾਉਣ ਦਾ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿਸ ਦੇ ਨਾਲ ਵੱਡੀ ਸ਼ੁਰੂਆਤ ਨੂੰ ਲੈ ਕੇ ਅਖੀਰਲੇ ਸ਼ਾਟ ਤੱਕ ਸ਼ੂਟ ਕੀਤਾ ਜਾ ਸਕੇਗਾ ਸੀਐਮ ਨੇ ਕਿਹਾ ਕਿ ਸੋਮਵਾਰ ਨੂੰ ਸੈਰਸਪਾਟਾ ਸਮੇਲਨ ਅਤੇ ਟਰੈਵਲ ਮਾਰਕਟ ਦੇ ਵਿੱਚ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਸ਼ਾਨਦਾਰ ਫਿਲਮ ਸਿਟੀ ਬਣਾਉਣ ਜਾ ਰਹੇ ਹਾਂ ਜਿੱਥੇ ਫਿਲਮਾਂ ਦੀ ਸ਼ੁਰੂਆਤ ਤੋਂ ਲੈ ਕੇ ਅਖੀਰਲੇ ਸ਼ਾਟ ਤੱਕ ਤੁਸੀਂ ਪੰਜਾਬ ਤੋਂ ਹੀ ਸ਼ੂਟ ਕਰ ਸਕੋਗੇ ਵੱਡੀਆਂ ਤੇ ਨਾਮੀ ਫਿਲਮਾਂ ਪੰਜਾਬ ਦੇ ਵਿੱਚ ਬਣਨਗੀਆਂ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੀ ਸੀਐਮ ਭਗਵੰਤ ਮਾਨ ਦਾ ਵੱਡਾ ਦਾਵਾ ਪੰਜਾਬ ਦੇ ਵਿੱਚ ਹੋਵੇਗਾ ਇੱਕ ਹੋਰ ਇਤਿਹਾਸਿਕ ਦਿਨ 249 ਉਮੀਦਵਾਰਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਹਨ ਇਸ ਸਮਾਗਮ ਦੇ ਵਿੱਚ ਮਿਊਸਪਲ ਭਵਨ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਇਸ ਮੌਕੇ ਮੁੱਖ ਮੰਤਰੀ ਨੇ ਵੱਡਾ ਦਾਵਾ ਕੀਤਾ ਕਿ ਕੱਲ ਦਾ ਦਿਨ ਪੰਜਾਬ ਲਈ ਇਤਿਹਾਸਿਕ ਹੋਣ ਵਾਲਾ ਹੈ 13 ਸਤੰਬਰ ਦਾ ਦਿਨ ਇਤਿਹਾਸਿਕ ਹੋਵੇਗਾ ਜੀ 117 ਸਕੂਲ ਆਫ ਐਮੀਨਸ ਸੁੱਨੇ ਹਨ ਕੱਲ ਨੂੰ ਪਹਿਲਾ ਸਕੂਲ ਆਫ ਐਮੀਨਸ ਖੁੱਲਣ ਜਾ ਰਿਹਾ ਜੋ ਅਮਰਤ ਸਰ ਦੇ 6 ਹੇਕਟਾ ਵਿੱਚ ਹੋਵੇਗਾ ਮਾਨ ਨੇ ਕਿਹਾ ਸਕੂਲ ਬਹੁਤ ਸ਼ਾਨਦਾਰ ਹੋ ਜਾਣਗੇ ਇਸ ਤੋਂ ਬਾਅਦ ਮਾਪਿਆਂ ਦੀ ਮਰਜ਼ੀ ਹੋਵੇਗੀ ਕਿ ਬੱਚਾ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣਾ ਜਾਂ ਫਿਰ ਸਰਕਾਰੀ ਸਕੂਲਾਂ ਵਿੱਚ ਪਰ ਪ੍ਰਾਈਵੇਟ ਸਕੂਲਾਂ ਵਿੱਚ ਫੀਸ ਲੱਗੇਗੀ ਜਿੱਥੇ ਸਾਰੀ ਸਰਕਾਰੀ ਸਕੂਲਾਂ ਦੇ ਵਿੱਚ ਸਾਰੀ ਪੜ੍ਹਾਈ ਮੁਫਤ ਕਰਵਾਈ ਜਾਵੇਗੀ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਸੰਬੰਧੀ ਖਾਸ ਖਬਰ 10ਵੀਂ ਅਤੇ 12ਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਮਾਰਚ 2024 ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫੀਸਾਂ ਦੀ ਰਸੀਦ ਸੰਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਹੈ ਸਕੂਲ ਲੌਗਇਨ ਆਈਡੀ ਤੇ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਤੇ ਹੋਰ ਜਾਣਕਾਰੀ ਅਪਲੋਡ ਕੀਤੀ ਗਈ ਹੈ ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਬੋਰਡ ਵੱਲੋਂ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਕੰਮ ਕਰਨ ਨੂੰ ਯਕੀਨੀ ਬਣਾਉਣ ਕਿਉਂਕਿ ਨਿਰਧਾਰਤ ਸ਼ਡਿਊਲ ਵਿੱਚ ਕੋਈ ਸੋਧ ਨਹੀਂ ਕੀਤੀ ਜਾਵੇਗੀ। ਦਿੱਲੀ ਏਅਰਪੋਰਟ ਤੋਂ ਗੈਂਗਸਟਰ ਦਲਬੀਰ ਸਿੰਘ ਗ੍ਰਿਫਤਾਰ ਅਮਰੀਕਾ ਪੱਜਣ ਦੀ ਸੀ ਤਿਆਰੀ ਅਮਰੀਕਾ ਪੱਜਣ ਦੀ ਫਰਾਕ ਵਿੱਚ ਦਿੱਲੀ ਏਅਰਪੋਰਟ ਉੱਤੇ ਪਹੁੰਚਿਆ ਗੈਂਗਸਟਰ ਦਲਬੀਰ ਗ੍ਰਿਫਤਾਰ ਕਰ ਲਿਆ ਗਿਆ ਜੀ ਉਹ ਵਿਦੇਸ਼ ਪੱਜਣ ਦੀ ਫਰਾਕ ਵਿੱਚ ਸੀ ਜਲੰਧਰ ਲਿਆਂਦਾ ਗਿਆ ਹਤਿਆ ਦੇ ਦੀ ਕੋਸ਼ਿਸ਼ ਦੇ ਮਾਮਲੇ 'ਚ ਨਾਮਜਦ ਦਲਬੀਰ ਜਮਨਤ ਉੱਤੇ ਬਾਰ ਆਇਆ ਸੀ ਉਸਨੇ ਦਬਾਈ ਦੇ ਰਸਤੇ ਡੌਂਕੀ ਲਾਣੀ ਸੀ ਪੰਜਾਬ ਦੇ ਵਿੱਚ ਇਸ ਦਿਨ ਬਦਲੇਗਾ ਮੌਸਮ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੀ ਅਪਡੇਟ ਕੀਤੀ ਜਾਰੀ ਜਾਣਨ ਲਈ ਚੈਨਲ ਦੇ ਭਾਈ ਮੌਸਮ ਵਾਲੀ ਖਬਰ ਦੇਖੋ ਲੀਬੀਆ ਦੇ ਵਿੱਚ ਤੂਫਾਨ ਨੇ ਮਚਾਈ ਤਬਾਹੀ 2000 ਤੋਂ ਵੱਧ ਮੌਤਾਂ ਹਜ਼ਾਰਾਂ ਲਾਪਤਾ ਸੂਫਰੀਕੀ ਦੇਸ਼ ਲੀਬੀਆ ਦੇ ਵਿੱਚ ਤੂਫਾਨ ਤੇ ਹੜ੍ਹਾਂ ਨੇ ਭਿਆਨਕ ਤਬਾਹੀ ਮਚਾ ਦਿੱਤੀ ਹੈ ਜੀ ਤੂਫਾਨ ਡੈਨੀਅਲ ਨੇ ਭਿਆਨਕ ਹੜ੍ਹਾਂ ਦਾ ਕਾਰਨ ਬਣਿਆ ਤੇ 2000 ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਬਾਜ਼ਾਰ ਦੇ ਵਿੱਚ ਵਿਕਰੀਆਂ ਨੇ ਦੋ ਨਕਲੀ ਦਵਾਈਆਂ WHO ਦੇ ਅਲਰਟ ਤੋਂ ਬਾਅਦ DCGI ਨੇ ਵਧਾਈ ਸਖਤੀ ਅਕਾਲੀ ਦਲ ਦੇ ਦੋ ਆਗੂਆਂ ਨੇ ਫੇਰ ਦਿੱਤਾ ਅਸਤੀਫਾ ਸੋ ਇਹ ਵੀ ਵੱਡੀ ਅਪਡੇਟ ਆ ਜਾਣਨ ਲਈ ਚੈਨਲ ਤੇ ਭਾਈ ਸ਼ਾਰਟ ਵੀਡੀਓ ਚੈੱਕ ਕਰੋ ਧੰਨਵਾਦ